ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਉੱਤਮ ਸਿੰਘ ਜੀ ਦੀ ਪਤਨੀ ਆਪਣੇ ਕਾਕੇ ਨੂੰ ਪਿਆਰ ਕਰ ਰਹੀ ਸੀ ਤੇ ਖਡਾਉਂਦੀ ਕਹਿ ਰਹੀ ਸੀ ਕਿ ਗਿਆਨ ਸਿੰਘ ਵੱਡਾ ਹੋਵੇਗਾ ਇਸ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਵਾਂਗੇ ਉਦੋਂ ਉੱਤਮ ਸਿੰਘ ਜੀ ਘਰ ਹੀ ਸਨ ਜਦੋਂ ਉੱਤਮ ਸਿੰਘ ਜੀ ਵਾਪਸ ਬਾਬਾ ਨਾਨਕ ਸਿੰਘ ਜੀ ਦੇ ਪਵਿੱਤਰ ਚੰਨਾ ਵਿੱਚ ਪਹੁੰਚੇ ਤੇ ਬਾਬਾ ਨਾਨਕ ਸਿੰਘ ਜੀ ਨੇ ਫਰਮਾਇਆ ਤੁਹਾਡਾ ਪਰਿਵਾਰ ਮਾਇਆ ਲਈ ਬਹੁਤ ਲਾਲਚ ਕਰਦਾ ਹੈ ਜੀ ਸੱਚੇ ਪਾਤਸ਼ਾਹ ਸਮਝ ਨਹੀਂ ਆਈ ਹੱਥ ਜੋੜ ਕੇ ਬੇਨਤੀ ਕੀਤੀ ਤੇਰੇ ਘਰੋਂ ਮਾਇਆ ਦੀ ਬਹੁਤ ਮੰਗ ਕਰਦੇ ਹਨ ਹਜੂਰ ਬਾਬਾ ਨਾਨਕ ਸਿੰਘ ਜੀ ਨੇ ਫਰਮਾਇਆ ਹੁਣ ਭਾਈ ਉੱਤਮ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮਾਇਆ ਦੇ ਬੰਦੇ ਮਾਇਆ ਹੀ ਮੰਗਦੇ ਹਨ ਬਾਬਾ ਨਾਨਕ ਸਿੰਘ ਜੀ ਨੇ ਉੱਤਰ ਵਿੱਚ ਮੁਸਕਰਾਉਂਦਿਆਂ ਫਰਮਾਇਆ ਮਾਇਆ ਧਰਤੀ ਵਿੱਚ ਦੱਬਣ ਜੋਗੀ ਨਹੀਂ ਦੇਣੀ ਪਰਖਾਣ ਪੇੜ ਨੂੰ ਮੁਕਦੀ ਨਹੀਂ ਸੇਵਾ ਤੋਂ ਵੇਲੇ ਹੋ ਕੇ ਜਦੋਂ ਉੱਤਮ ਸਿੰਘ ਜੇਕਰ ਆਏ ਤਾਂ ਕਰ ਵਾਲੀ ਨੂੰ ਆ ਕੇ ਦੱਸਿਆ ਕਿ ਤੂੰ ਤਾਂ ਗਿਆਨ ਸਿੰਘ ਨੂੰ ਖਡਾਉਂਦੀ ਨੇ ਪਿਆਰ ਵਿੱਚ ਆ ਕੇ ਕਿਹਾ ਸੀ ਕਿ ਤੂੰ ਵੱਡਾ ਹੋਵੇਂਗਾ ਤੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਵਾਂਗੇ ਤੇ ਅੰਤਰਯਾਮੀ ਪਾਤਸ਼ਾਹ ਨੇ ਵਰ ਬਖਸ਼ਿਆ ਹੈ ਖਬਰੇ ਕਦੋਂ ਕਿਰਪਾ ਕਰਨਗੇ ਹਾਲੀ ਤਾਫਾ ਕੇ ਕੜਾਕੇ ਕਢਾਈ ਜਾਂਦੇ ਨੇ ਪਾਈ ਜੀ ਦੀ ਪਤਨੀ ਨੇ ਕਿਹਾ ਅੱਗੋ ਪਾਈ ਜੀ ਨੇ ਕਿਹਾ ਬਾਬਾ ਨਾਨਕ ਸਿੰਘ ਜੀ ਤੇ ਭਰੋਸਾ ਰੱਖੋ ਉਹਨਾਂ ਨੂੰ ਪਲੀ ਪ੍ਰਕਾਰ ਸਾਡਾ ਫਿਕਰ ਹੈ ਇਸ ਵਰ ਦਾ ਫਲਣਾ ਅੱਗੇ ਚੱਲ ਕੇ ਵਰਣਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ